ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਕਾਂਗਰਸ ਪਾਰਟੀ ਦਾ ਵੱਡਾ ਐਕਸ਼ਨ, ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੁਬੇ ਨੂੰ ਸਾਰੇ ਅਹੁਦਿਆਂ ਤੋਂ ਕਿਹਾ ਹਟਾਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨਹੀਂ ਮਿਲੇ, ਉਹਨਾਂ ਨੂੰ ਐਕਸਟੈਂਸ਼ਨ 25 ਅਪ੍ਰੈਲ ਭਲਕੇ ਨੂੰ ਪੂਰੀ ਹੋ ਰਹੀ ਹੈ ਟਰਮ। ਬੀਸੀ ਦਾ ਚਾਰ ਸੀਨੀਅਰ ਆਈਐਸ ਨੂੰ ਸੌਂਪਿਆ। ਬੀਜੇਪੀ ਤੋਂ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ। ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਣੀ ਕਰਨਗੇ ਮੀਟਿੰਗ, ਸਾਂਪਲਾ ਨੂੰ ਮਨਾਉਣ ਦੀ ਕਰਨਗੇ ਕੋਸ਼ਿਸ਼। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਚੰਡੀਗੜ੍ਹ ਲੋਕ ਸਭਾ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੀ ਟਿਕਟ ਰੱਦ ਹੋਣ ਤੋਂ ਬਾਅਦ ਪੈਦਾ ਹੋਇਆ ਵਿਵਾਦ ਅਜੇ ਰੁਕਿਆ ਨਹੀਂ ਹੈ। ਕਾਂਗਰਸ ਪਾਰਟੀ ਨੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੁਬੇ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ। ਪਾਰਟੀ ਨੇ ਉਹਨਾਂ ਨੂੰ ਸੂਬਾ ਕਾਰਜਕਾਰਨੀ ਅਤੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਹਟਾ ਦਿੱਤਾ। ਉਹਨਾਂ ਦੀ ਥਾਂ ਪਾਰਟੀ ਨੇ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਪਾਰਟੀ ਦੀ ਉਪ ਪ੍ਰਧਾਨ ਨੰਦਿਤਾ ਹੁੱਡਾ ਨੂੰ ਕਾਰਜਕਾਰਨੀ ਪ੍ਰਧਾਨ ਵਜੋਂ ਚਾਰਜ ਦਿੱਤਾ। ਪਵਨ ਬਾਂਸਲ ਦੀ ਟਿਕਟ ਰੱਦ ਹੋਣ ਤੋਂ ਨਾਰਾਜ਼ 100 ਦੇ ਕਰੀਬ ਸਥਾਨਕ ਆਗੂ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਨੇ। ਦੀਪਾ ਦੁਬੇ ਨੇ ਵੀ ਪਵਨ ਬਾਂਸਲ ਦੀ ਟਿਕਟ ਰੱਦ ਹੋਣ 'ਤੇ ਆਵਾਜ਼ ਉਠਾਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਦੀ ਟਰਮ ਭਲਕੇ ਪੂਰੀ ਹੋ ਰਹੀ ਹੈ, ਜਿਸ ਤੋਂ ਬਾਅਦ ਬੀਸੀ ਦਾ ਚਾਰਜ ਸੀਨੀਅਰ ਆਈਏਐਸ ਅਫਸਰ ਅਤੇ ਹਾਇਰ ਐਜੂਕੇਸ਼ਨ ਦੇ ਸੈਕਟਰੀ ਕੇ ਯਾਦਵ ਕੋਲ ਹੋਵੇਗਾ। ਇਸ ਸਬੰਧੀ ਗਵਰਨਰ ਪੰਜਾਬ ਦੇ ਵੱਲੋਂ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਨੇ। ਪ੍ਰੋਫੈਸਰ ਅਰਵਿੰਦ ਏਕਲਗੱਡਾ ਦੀ ਪੰਜਾਬੀ ਯੂਨੀਵਰਸਿਟੀ ਦੇ ਬਤੌਰ ਵਾਈਸ ਚਾਂਸਲਰ ਟਰਮ ਖਤਮ ਹੋ ਗਈ ਹੈ। ਪ੍ਰੋਫੈਸਰ ਅਰਵਿੰਦ ਦੇ ਸੌਦੇ ਦੀ ਮਿਆਦ 25 ਅਪ੍ਰੈਲ ਨੂੰ ਪੂਰੀ ਹੋ ਰਹੀ ਹੈ ਅਤੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬਤੌਰ ਬੀਸੀ ਦੀ ਮਿਆਦ ਵਿੱਚ ਵਾਧਾ ਨਾ ਕਰਦਿਆਂ ਉਚੇਰੀ ਸਿੱਖਿਆ ਵਿਭਾਗ ਸਕੱਤਰ ਨੂੰ ਵੀਸੀ ਅਹੁਦੇ ਦਾ ਕਾਰਜਭਾਰ ਸੌਂਪ ਦਿੱਤਾ ਹੈ। ਪਾਰਟੀ ਤੋਂ ਨਾਰਾਜ਼ ਚੱਲੇ ਆ ਰਹੇ ਵਿਜੇ ਸਾਂਪਲਾ ਨੂੰ ਮਨਾਉਣ ਲਈ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਣੀ ਉਹਨਾਂ ਦੇ ਘਰ ਆਉਣਗੇ। ਬੀਤੇ ਦਿਨੀ ਵਿਜੇ ਸਾਂਪਲਾ ਦਾ ਭਤੀਜਾ ਰੋਬਿਨ ਸਾਂਪਲਾ ਵੱਲੋਂ ਆਪ ਪਾਰਟੀ 'ਚ ਜਾਣ ਕਾਰਨ ਭਾਜਪਾ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ ਨੇ। ਇਸ ਤੋਂ ਪਹਿਲਾਂ ਪੰਜਾਬ ਦੇ ਪ੍ਰਧਾਨ ਭਾਜਪਾ ਦੇ ਸੁਨੀਲ ਜਾਖੜ ਹੁਸ਼ਿਆਰਪੁਰ ਸਥਿਤ ਉਹਨਾਂ ਦੇ ਘਰ ਪਹੁੰਚੇ ਸਨ। ਇਸ ਦੌਰਾਨ ਸੁਨੀਲ ਜਾਖੜ ਅਤੇ ਉਹਨਾਂ ਨਾਲ ਆਏ ਭਾਜਪਾ ਆਗੂਆਂ ਨੇ ਵਿਜੇ ਸਾਂਪਲਾ ਨਾਲ ਕਾਫੀ ਦੇਰ ਤੱਕ ਮੀਟਿੰਗ ਕੀਤੀ ਸੀ। ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਸੀ ਕਿ ਜੋ ਵੀ ਮੁੱਦੇ ਨੇ ਉਹ ਪਾਰਟੀ ਹਾਈਕਮਾਂਡ ਦੇ ਸਾਹਮਣੇ ਰੱਖੇ ਜਾਣ ਨੇ। ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਉਹ ਸਾਂਪਲਾ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਨੇ। ਸਾਡਾ ਇੱਕੋ ਇੱਕ ਉਦੇਸ਼, ਪੀਐਮ ਮੋਦੀ ਨੂੰ ਤੀਜੀ ਵਾਰ ਲਿਆਉਣਾ। ਪੰਜਾਬ ਵਿੱਚ ਇਕੱਲੇ ਚੋਣ ਲੜਨ ਦੇ ਫੈਸਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਭਾਜਪਾ ਦੀ ਕੇਂਦਰ ਸਰਕਾਰ ਬਣਾਉਣ 'ਚ ਪੰਜਾਬ ਦਾ ਅਹਿਮ ਯੋਗਦਾਨ ਹੋਏਗਾ ਟਿਕਟ ਦੇਣ 'ਤੇ। ਸੁਨੀਲ ਜਾਖੜ ਨੇ ਕਿਹਾ ਕਿ ਸਾਰਾ ਫੈਸਲਾ ਪਾਰਟੀ ਹਾਈਕਮਾਂਡ ਕਰਦੀ, ਕਿਉਂਕਿ ਕਿਸ ਨੂੰ ਟਿਕਟ ਦੇਣੀ ਹੈ ਪਾਰਟੀ ਹਾਈਕਮਾਂਡ ਨੇ ਜੋ ਫੈਸਲਾ ਲਿਆ ਉਸਨੂੰ ਪ੍ਰਵਾਨ ਕਰਨਾ ਚਾਹੀਦਾ। ਦੱਸ ਦਈਏ ਕਿ ਵਿਜੇ ਸਾਂਪਲਾ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇਣ ਨੂੰ ਲੈ ਕੇ ਨਾਰਾਜ਼ ਨੇ।
ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਤੇ ਚੰਡੀਗੜ੍ਹ ਟਰਾਂਸਪੋਰਟ ਕਾਰਪੋਰੇਸ਼ਨ ਵਿਚਾਲੇ ਵਿਵਾਦ ਦੇਖਣ ਨੂੰ ਮਿਲ ਰਿਹਾ। ਇਸ ਦੇ ਚੱਲਦਿਆਂ ਪੀਆਰਟੀਸੀ ਦੀਆਂ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਬੱਸਾਂ ਨੂੰ ਚੰਡੀਗੜ੍ਹ ਲੈ ਕੇ ਨਹੀਂ ਜਾਣਗੇ। ਪੀਆਰਟੀਸੀ ਦੇ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਚੰਡੀਗੜ੍ਹ ਟਰਾਂਸਪੋਰਟ ਵੱਲੋਂ ਚੰਡੀਗੜ੍ਹ ਵਿੱਚ ਬੱਸਾਂ ਦੀ ਐਂਟਰੀ ਫੀਸ 600 ਰੁਪਏ ਪ੍ਰਤੀ ਐਂਟਰੀ ਕਰ ਦਿੱਤੀ ਗਈ, ਜਿਹਦੇ ਰੋਸ ਵਜੋਂ ਉਹਨਾਂ ਵੱਲੋਂ ਅੱਜ ਤੋਂ ਬਾਅਦ ਚੰਡੀਗੜ੍ਹ ਵਿਖੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਹੀਂ ਲਗਾਈਆਂ ਜਾਣਗੀਆਂ। ਯੂਨੀਅਨ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 27 ਮਾਰਚ ਨੂੰ ਹੋਈ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਯੂਨੀਅਨ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ, ਸਿਟੀਯੂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਸੀ ਅਤੇ ਇਸ ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਵਿੱਚ ਸਿਟੀਯੂ ਦੀਆਂ ਬੱਸਾਂ ਨਜਾਇਜ਼ ਚੱਲ ਰਹੀਆਂ ਨੇ। 2008 'ਚ ਹੋਏ ਸਮਝੌਤੇ ਅਨੁਸਾਰ ਉਹਨਾਂ ਨੇ 29,562 ਕਿਲੋਮੀਟਰ ਤਹਿਤ ਬੱਸਾਂ ਚਲਾਉਣੀਆਂ ਸਨ, ਪਰ ਸਿਟੀਯੂ ਨੇ ਬੱਸਾਂ ਵੱਧ ਖਰੀਦ ਲਈਆਂ ਨੇ ਅਤੇ ਪੰਜਾਬ ਵਿੱਚ ਦੁੱਗਣੇ ਘੇਰੇ ਵਿੱਚ ਬੱਸਾਂ ਚਲਾਈਆਂ ਜਾ ਰਹੀਆਂ। ਇਸ ਨਾਲ ਪੀਆਰਟੀਸੀ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਅਤੇ ਇਸੇ ਰੋਸ ਵਜੋਂ ਬੱਸਾਂ ਨੂੰ ਚੰਡੀਗੜ੍ਹ ਨਹੀਂ ਭੇਜਿਆ ਜਾਵੇ। ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਨਾਨਕ ਮਤਾ ਵਿੱਚ 28 ਮਾਰਚ ਨੂੰ ਡੇਰਾ ਕਾਰ ਸੇਵਾ ਮੁਖੀ ਤਰਸੇਮ ਸਿੰਘ ਦੇ ਕਤਲ ਕੇਸ ਵਿੱਚ ਮੁਲਜ਼ਮ ਦੇ 1,00,000 ਦੇ ਇਨਾਮੀ ਸ਼ੂਟਰ ਸਰਬਜੀਤ ਸਿੰਘ ਨੂੰ ਭਗੌੜਾ ਐਲਾਨ ਦਿੱਤਾ ਗਿਆ। ਖਟੀਮਾ ਦੇ ਸਿਵਲ ਜੱਜ ਅਮਿਤ ਭੱਟ ਦੀ ਤਰਫੋਂ ਭਗੌੜਾ ਐਲਾਨ ਦੇਣ ਦੀ ਕਾਰਵਾਈ ਤੋਂ ਬਾਅਦ ਉੱਤਰਾਖੰਡ ਦੀ ਪੁਲਿਸ ਨੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮੀਆਂਵਿੰਡ ਵਿੱਚ ਪੁੱਜ ਕੇ ਮੁਲਜ਼ਮਾਂ ਦੇ ਘਰ 'ਤੇ ਪੋਸਟਰ ਲਗਾ ਦਿੱਤੇ ਨੇ। ਉੱਤਰਾਖੰਡ ਦੀ ਪੁਲਿਸ ਕਰੀਬ 3 ਘੰਟੇ ਤੱਕ ਪਿੰਡ ਵਿੱਚ ਰਹੀ ਹੈ। ਪਿੰਡ ਦੇ ਚੁਰਾਹਿਆਂ 'ਤੇ ਸਰਬਜੀਤ ਦੇ ਭਗੌੜਾ ਹੋਣ ਸੰਬੰਧੀ ਪੋਸਟਰ ਲਾਏ ਗਏ ਨੇ। ਤਰਨ ਤਾਰਨ ਦੇ DSP ਤਰਸੇਮ ਮਸੀਹ ਨੇ ਦੱਸਿਆ ਕਿ ਭਗੌੜੇ ਦੇ ਸੰਬੰਧ ਵਿੱਚ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ ਗਈ ਹੈ। ਦੱਸ ਦਈਏ ਕਿ ਸਰਬਜੀਤ ਗੈਂਗਸਟਰਾਂ ਦੀ ਸੂਚੀ ਵਿੱਚ ਵੀ ਆਉਂਦਾ ਹੈ। ਇਸ ਨੇ 2 ਸਾਲ ਪਹਿਲਾਂ ਭਾਜਪਾ ਆਗੂ 'ਤੇ ਹਮਲਾ ਕੀਤਾ ਸੀ। ਮੰਡਲ ਜੇਲ੍ਹ ਵਿੱਚ ਬੰਦ ਪੂਰਵਾਂਚਲ ਮਾਫੀਆ ਮੁਖਤਾਰ ਅੰਸਾਰੀ ਦੀ ਬਿਮਾਰੀ ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬੇਟੇ ਉਮਰ ਅੰਸਾਰੀ ਨੇ ਜੇਲ੍ਹ ਪ੍ਰਸ਼ਾਸਨ ਤੇ ਦੋਸ਼ ਲਾਇਆ ਸੀ ਕਿ ਉਸਦੇ ਪਿਤਾ ਨੂੰ ਜੇਲ੍ਹ 'ਚ ਧੀਮਾ ਜ਼ਹਿਰ ਦਿੱਤਾ ਜਾ ਰਿਹਾ। ਬਿਸਰਾ ਰਿਪੋਰਟ 'ਚ ਇਹ ਗੱਲ ਗਲਤ ਨਿਕਲੀ ਆ। ਅਧਿਕਾਰੀ ਬਿਸਰਾ ਰਿਪੋਰਟ ਦੀ ਪ੍ਰਾਪਤੀ ਨੂੰ ਚੁੱਪ ਚੁਪੀਤੇ ਸਵੀਕਾਰ ਕਰ ਰਹੇ ਨੇ, ਪਰ ਜਾਂਚ ਪੈਂਡਿੰਗ ਹੋਣ ਕਾਰਨ ਇਸ ਦੇ ਵੇਰਵੇ ਦੇਣ ਤੋਂ ਬਚ ਰਹੇ ਨੇ। ਮਾਫੀਆ ਮੁਖਤਾਰ ਅੰਸਾਰੀ ਦੀ ਸਿਹਤ 28 ਮਾਰਚ ਨੂੰ ਜੇਲ੍ਹ 'ਚ ਵਿਗੜ ਗਈ ਸੀ। ਦੇਰ ਸ਼ਾਮ ਉਸ ਨੂੰ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮੁਖਤਾਰ ਦੀ ਮੌਤ ਤੋਂ ਬਾਅਦ ਮੈਡੀਕਲ ਬੁਲੇਟਿਨ 'ਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਪਰਿਵਾਰਕ ਮੈਂਬਰ ਮੌਤ ਦਾ ਕਾਰਨ ਜੇਲ੍ਹ ਵਿੱਚ ਜ਼ਹਿਰ ਖਾਣਾ ਦੱਸ ਰਹੇ ਸਨ। ਪੋਸਟਮਾਰਟਮ ਵਿੱਚ ਵੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਪਰਿਵਾਰ ਦੇ ਦੋਸ਼ਾਂ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਉਸਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਲਈ ਫੋਰੈਂਸਿਕ ਸਾਇੰਸ ਲੈਬੋਰਟਰੀ ਲਖਨਊ ਭੇਜ ਦਿੱਤਾ ਸੀ। ਗੁਰਦਾਸਪੁਰ ਦੇ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਲੜਕੀ ਗੁਰਪ੍ਰੀਤ ਕੌਰ ਨੇ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਦੀਨਾਨਗਰ ਦੇ ਮਕੌੜਾ ਪਤਨ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਦੇ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਰਾਜਨਾਥ ਸਿੰਘ ਨੂੰ ਮਿਲ ਚੁੱਕੇ ਸੀ, ਪਰ ਕੋਈ ਜਵਾਬ ਨਾ ਮਿਲਣ ਤੇ ਉਸਦੀ ਗੱਲ ਨੂੰ ਤਵੱਜੋ ਨਾ ਦੇਣ ਕਾਰਨ ਸਿਆਸਤਦਾਨਾਂ ਤੋਂ ਆ ਕੇ ਉਹਨਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ।
ਹੈ ਨੇ ਤਿੰਨ ਚਾਰ ਮੁੱਦੇ ਸੀਗੇ, ਜਿਵੇਂ ਆਪਣੇ ਮਕੌੜੇ ਪੱਤਣ ਦਾ ਲਾ ਲਓ, ਠੀਕ ਹੈ, ਹੋਰ ਮੈਡੀਕਲ ਦਾ ਲਾ ਲਓ, ਕਿ ਮੈਂ ਸੋਚਦੀ ਸੀ ਇੱਕ ਹੋਸਪਿਟਲ ਇੱਦਾਂ ਦਾ ਹੋਣਾ ਚਾਹੀਦਾ ਜਿੱਥੇ ਲੋੜਵੰਦ ਲੋਕ, ਗਰੀਬ ਲੋਕ, ਕਿਉਂਕਿ ਸਾਡਾ ਜੇ ਆਪਾਂ ਦੇਖਿਆ ਜਾਵੇ ਤਾਂ ਗੁਰਦਾਸਪੁਰ ਇਲਾਕਾ ਥੋੜ੍ਹਾ ਜਿਹਾ ਬਹੁਤ ਜ਼ਰੂਰਤਮੰਦ ਲੋਕ ਨੇ, ਵੱਡੇ ਲੋਕ ਤਾਂ ਚਲੋ ਆਪਣਾ ਇਲਾਜ ਕਰਵਾਉਂਦੇ ਨੇ, ਜ਼ਰੂਰਤਮੰਦ ਲੋਕ ਇਲਾਜ ਹੱਥੋਂ ਨੇ, ਕਈ ਲੋਕ ਟੀ ਵੀ ਪੇਸ਼ੈਂਟ ਹੁੰਦੇ ਨੇ, ਬੈੱਡ 'ਤੇ ਲੇਟੇ ਹੁੰਦੇ ਨੇ ਹੋਸਪਿਟਲ ਦਿਆਂ 'ਤੇ, ਚਲੋ ਉਹ ਤਾਂ ਸਾਰਾ ਖਰਚਾ ਸਰਕਾਰ ਦਾ, ਬਟ ਜਿਹੜੇ ਗਲੂਕੋਜ਼ ਜਾਂ ਬੈੱਡ ਦਾ ਰੈਂਟ ਹੈ ਉਹਨਾਂ ਕੋਲ ਉਹ ਵੀ ਪੇ ਨਹੀਂ ਹੁੰਦਾ ਹੈਗਾ। ਬੜੀਆਂ ਛੋਟੀਆਂ ਛੋਟੀਆਂ ਬੱਚੀਆਂ ਨੇ, 8ਵੀਂ 9ਵੀਂ 10ਵੀਂ 'ਚ ਪੜ੍ਹਦੀਆਂ ਨੇ, ਤਾਂ ਉਹ ਪੈਲਸਾਂ 'ਚ ਭਾਂਡੇ ਮਾਂਜ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੀਆਂ ਨੇ। ਤਰਨਤਾਰਨ ਸ਼ਹਿਰ ਦੇ ਵਾਰਡ ਨੰਬਰ 5 ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪ ਉਮੀਦਵਾਰ ਰਾਜਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਬਲਾਕ ਪ੍ਰਧਾਨ ਸਰਵਿੰਦਰ ਸਿੰਘ ਭਰੋਵਾਲ ਦੇ ਗ੍ਰਹਿ ਵਿਖੇ ਹੋਈ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਲੋਕਾਂ ਨੇ ਭਾਗ ਲਿਆ। ਇਸ ਬੈਠਕ ਵਿੱਚ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਲਾਲਜੀਤ ਸਿੰਘ ਭੁੱਲਰ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ 'ਤੇ ਵਿਧਾਇਕ ਡਾ. ਸੋਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਿਛਲੇ 2 ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਲਕੇ ਦੇ ਲੋਕ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਖਡੂਰ ਸਾਹਿਬ ਦੀ ਸੀਟ ਆਪ ਦੀ ਮਿਲਿਆ ਵਾ ਵਾਰਡ ਵਾਸੀਆਂ ਵੱਲੋਂ ਕਿ ਉਹ ਜੇ ਮੈਨੂੰ ਅੱਗੇ ਉਹਨਾਂ ਨੇ 15,000 ਦੀ ਲੀਡ ਨਾਲ ਹਲਕੇ 'ਚੋਂ ਜਿਤਾਇਆ ਅਤੇ ਐਰਕੀ ਜਿਹੜਾ ਵਾ ਇਹ ਲੀਡ ਆ ਉਹਨੂੰ ਘੱਟੋ ਘੱਟ ਦੂਣੀ ਜ਼ਰੂਰ ਕਰਨਗੇ। ਸੋ ਮੈਨੂੰ ਆਪਣੇ ਵਲੰਟੀਅਰਾਂ 'ਤੇ ਮਾਣ ਆ, ਮੈਨੂੰ ਆਪਣੇ ਹਲਕਾ ਵਾਸੀਆਂ 'ਤੇ ਮਾਣ ਆ ਕਿ ਉਹ ਜਿਹੜੇ ਆ ਬਿਲਕੁਲ ਜਿੱਥੇ ਮੇਰੇ ਨਾਲ ਹਲਕੇ ਦੇ ਵਿੱਚ ਖੜ੍ਹੇ ਨੇ ਉੱਥੇ ਭਗਵੰਤ ਮਾਨ ਸਰਕਾਰ ਦੇ ਕੰਮ ਕਾਰ ਤੋਂ ਵੀ ਖੁਸ਼ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇ ਲੈ ਕੇ ਵੱਡੀ ਲੀਡ ਦੇ ਨਾਲ ਲਾਲਜੀਤ ਸਿੰਘ ਭੁੱਲਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ। MLA ਸਾਹਿਬ, ਅੱਜ ਤੱਕ ਅਕਾਲੀ ਦਲ ਦੇ ਕਾਂਗਰਸ ਨੇ ਅੱਜ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ, ਕੀ ਕਾਰਨ ਹੋ ਸਕਦਾ ਕਿ ਉਹਨਾਂ ਨੂੰ ਉਮੀਦਵਾਰ ਲੱਭ ਹੀ ਨਹੀਂ ਰਿਹਾ ਕਿ ਜਾਂ ਉਹ ਹਜੇ ਕੁਛ ਸੋਚ ਰਹੇ ਨੇ ਕੀ? ਵੇਖੋ ਜੀ, ਇਹਦੇ ਬਾਰੇ ਜੇ ਤੁਸੀਂ ਬਿਲਕੁਲ ਬਿਹਤਰ ਜਾਣਨਾ ਤਾਂ ਫਿਰ ਤਾਂ ਉਹੀ ਦੱਸਣਗੇ ਕਿ ਕਾਰਨ ਹੈ। ਦਿਨੀ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਅੰਦਰ ਦਿਨ ਦਿਹਾੜੀ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਸੀ, ਜਿਸ ਦੌਰਾਨ ਸ਼ਰੇਆਮ ਦੋ ਪਾਰਟੀਆਂ ਨੇ ਇੱਕ ਦੂਸਰੇ 'ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕੀਤੀ। ਇਹਨਾਂ ਦੋਹਾਂ ਧਿਰਾਂ ਵੱਲੋਂ ਜਨਤਕ ਸਥਾਨ 'ਤੇ ਸ਼ਰੇਆਮ ਗੁੰਡਾਗਰਦੀ ਕਰਕੇ ਆਸ ਪਾਸ ਦੇ ਵਸਨੀਕਾਂ ਅਤੇ ਰਾਹਗੀਰਾਂ ਦੀ ਜਾਨ ਨੂੰ ਖਤਰੇ 'ਚ ਪਾਇਆ, ਜਿਸ 'ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕੁਝ ਹੀ ਘੰਟਿਆਂ ਅੰਦਰ ਕੁੱਲ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਇੱਕ ਪਿਸਟਲ ਸਮੇਤ 22 ਰੌਂਦ ਬਰਾਮਦ ਕੀਤੇ ਨੇ। ਇਸ ਸੰਬੰਧੀ ਵਧੇਰੇ ਜਾਣਕਾਰੀ ADCP ਪ੍ਰਭਜੋਤ ਸਿੰਘ ਵਿਰਕ ਨੇ ਦਿੱਤੀ। ਜਿਹਦੇ ਵਿੱਚ ਮੇਰੀ ਅਗਵਾਈ ਥੱਲੇ ਟੀਮ ਰਹੀ, ਜਿਹਦੇ ਵਿੱਚ ਵਰਿੰਦਰ ਖੋਸਾ ਸਾਡੇ SHO ਰਣਜੀਤ ਐਵੀਨਿਊ ਨਿਜਿਤ ਅਤੇ ਨਾਲ ਉਹਦੇ ਇੰਸਪੈਕਟਰ ਮੋਰਕ CII 1 ਅਤੇ CII 2 ਦੇ ਜਿਹੜੇ ਇੰਸਪੈਕਟਰ JC, ਇਹਨਾਂ ਟੀਮਾਂ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੇ ਹੈਗੇ ਹੈ ਇਹਦੇ ਵਿੱਚ ਜਿਹੜੇ 11 ਦੋਸ਼ੀ ਹੈਗੇ ਨੇ, ਜਿਹੜੇ 11 ਦੋਸ਼ੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਇੱਕ ਪਿਸਟਲ ਅਤੇ 22 ਜਿਹੜੇ ਹੈਗੇ ਆ ਰੌਂਦ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਨੇ। ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਰੇ ਦੇ ਸਾਰੇ ਦੋਸ਼ੀ ਜਿਹੜੇ ਹੈਗੇ ਨੇ ਅੰਮ੍ਰਿਤਸਰ ਦਿਹਾਤੀ ਦੇ ਨਾਲ ਜਿਹੜੇ ਇਲਾਕੇ ਦੇ ਨਾਲ ਜਿਹੜੇ ਸੰਬੰਧਿਤ ਹੈਗੇ ਨੇ, ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਹੈਗਾ ਅੰਮ੍ਰਿਤਸਰ ਜਿਹੜਾ ਸ਼ਹਿਰ ਦਾ ਜਿਹੜਾ ਹੈਗਾ ਨਹੀਂ ਹੈਗਾ। ਔਰ ਇਹ ਉੱਥੋਂ ਆ ਕੇ ਇਹਨਾਂ ਦੀ ਜਿਹੜੀ ਸੀਗੀ ਲੜਾਈ ਇੱਥੇ ਸਾਡੇ ਰਣਜੀਤ ਐਵੀਨਿਊ ਦੇ ਵਿੱਚ ਕੀਤੀ ਸੀ। ਲੜਾਈ ਦਾ ਕਾਰਨ ਜਿਹੜਾ ਇਹਨਾਂ ਦੇ ਇਮੀਗ੍ਰੇਸ਼ਨ ਦੇ ਇੱਕ ਬਲਿਹਾਰ ਨਾਮ ਦਾ ਵਿਅਕਤੀ ਹੈਗਾ ਜਿਹਦਾ ਇਮੀਗ੍ਰੇਸ਼ਨ ਦਾ ਕੰਮ ਹੈਗਾ, ਜਿਹਦੇ ਕੁਛ ਪੈਸਿਆਂ ਦੇ ਲੈਣ ਦੇਣ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੋਈ ਔਰ ਇਸ ਦੇ ਵਿੱਚ ਜਿਹੜੀ ਹੈਗੀ ਆ ਇਹ ਫਾਇਰਿੰਗ ਜਿਹੜਾ ਇੰਸੀਡੈਂਟ ਹੋਇਆ।
ਹੁਸ਼ਿਆਰਪੁਰ ਦਸੂਹਾ ਰੋਡ ਤੇ ਹੋਏ ਸੜਕ ਹਾਦਸੇ ਵਿੱਚ ਇੱਕ ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਇੱਕ ਦੁਕਾਨ ਵਿੱਚ ਦਾਖਲ ਹੋ ਗਿਆ, ਜਿਸ ਕਾਰਨ ਇੱਕ ਹੋਰ ਦੁਕਾਨ ਦਾ ਸ਼ੈੱਡ ਵੀ ਟੁੱਟ ਗਿਆ ਤੇ ਸ਼ੈੱਡ ਹੇਠਾਂ ਪਿਆ ਸਮਾਨ ਵੀ ਪੂਰੀ ਤਰ੍ਹਾਂ ਨਾਲ ਤਹਿਸ ਨਹਿਸ ਹੋ ਗਿਆ। ਇਸ ਹਾਦਸੇ ਦੌਰਾਨ ਦੁਕਾਨਦਾਰਾਂ ਦਾ ਜਿੱਥੇ ਲੱਖਾਂ ਦਾ ਨੁਕਸਾਨ ਹੋਇਆ, ਉੱਥੇ ਹੀ ਬਿਜਲੀ ਦੇ ਖੰਭੇ ਤੇ ਤਾਰਾਂ ਟੁੱਟਣ ਨਾਲ ਬਿਜਲੀ ਬੋਰਡ ਨੂੰ ਕਾਫੀ ਨੁਕਸਾਨ ਪਹੁੰਚਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਆਪਣੀ ਤਫਤੀਸ਼ ਨੂੰ ਆਰੰਭ ਦਿੱਤਾ। ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।